हमने देख आ देखो गाइस बेटा कितने दे 10 रुपए देख पक्का तू गिफ्ट देगा गिफ्ट लेगा ले जा मैं बोल दे यार गिफ्ट देगा गिफ्ट देगा गाइस ये बट्टा कह रहा तुम गिफ्ट नहीं दवांगा अरे पापा आ गए नाल भाई सत श्री अकाल जी की हाल भाजी बड़ा क्यूटा बेबी ਤੁਹਾਡਾ ਕੀ ਨਾਮ ਬੇਟਾ ਆਈ ਕਿਆ ਸਰ ਤੇਰਾ ਨੇਮ ਪਤਾ ਹੁਣ ਨੇਮ ਕੀ ਨੇਮ ਕੀ ਹੈ ਵਾਟਸ ਯੂਰ ਨੇਮ ਮਨਕੀਰਤ ਸਿੰਘ ਜੀ ਕਿੰਨੇ ਦੇ ਹੈਗੇ ਹਾਂ ਦੱਸ ਦੇ ਦੇਖੋ ਗਾਇਸ ਕਿੰਨਾ ਪਿਆਰਾ ਹੈ ਬੇਬੀ ਹੈ ਮੈਨੂੰ ਗਿਫਟ ਦੇਗਾ ਓਕੇ ਯਾਰ ਤੇ ਗਾਇਸ ਤੁਸੀਂ ਵੀ ਦੇਖ ਰਹੇ ਹੋ ਕਿੰਨੀ ਸੋਹਣੀ ਮਾਰਕੀਟ ਸਜੀ ਹੋਈ ਹੈ ਤੇ ਅਸੀਂ ਸ਼ੋਰਟੀ ਗਾਰੰਟੀ ਦਿੰਨੇ ਆ ਕਿ ਤੁਸੀਂ ਵੀਡੀਓ ਦੇਖ ਕੇ ਤੁਹਾਡਾ ਵੀ ਦਿਲ ਕਰਦਾ ਹੈ ਕਿ ਫਟਾਫਟ ਅਸੀਂ ਵੀ ਰੈਡੀ ਹੋ ਕੇ ਮਾਰਕੀਟ ਵਿੱਚ ਪਹੁੰਚ ਜਾਈਏ ਤੇ ਆਪਣੀਆਂ ਮਨਪਸੰਦ ਦੀਆਂ ਵੈਰਾਈਟੀਆਂ ਆਪਾਂ ਪਰਚੇਸ ਕਰ ਲਈਏ ਦੇਖੋ ਕਰੋਕਰੀ ਲੇਡੀਜ਼ ਤੇ ਖਾਸ ਕਰਕੇ ਕਹਿੰਦੀ ਹੈ ਕਿ ਮੈਂ ਸ਼ੋਪਿੰਗ ਕਰਨੀ ਹੈ ਜੀ ਦੀਵਾਲੀ ਤੇ ਬੱਚੇ ਉਸ ਤੋਂ ਬਾਅਦ ਸਾਨੂੰ ਵੀ ਸ਼ੋਪਿੰਗ ਚਾਹੀਦੀ ਹੈ ਜੀ ਅਸੀਂ ਵੀ ਆਪਣਾ ਆਪਣਾ ਸਮਾਨ ਖਰੀਦਣਾ ਦੇਖੋ ਕਰੋਕਰੀ ਦਿਖਾ ਰਹੇ ਤੁਹਾਨੂੰ ਬਹੁਤ ਪਿਆਰੇ ਕੱਪਾਂ ਦੇ ਸੈੱਟ ਦੇਖੋ ਅਨਗਿਣਤ ਵੈਰਾਈਟੀ ਖਿਡੌਣੇ ਆ ਰਹੇ ਆ ਬੱਚਿਆਂ ਦੇ ਦੇਖੋ ਜੀ ਬਹੁਤ ਬੇਬੀ ਹਾਊਸ ਇੱਕ ਇਸ ਲੈਂਟ ਹੈ ABC ਨਾ ਹਾਂ ਜੀ ਹਾਂ ਜੀ 150 ਹੈ ਬ੍ਰਾਂਸ ਨੂੰ 150 ਹੈ ਪਹਿਲਾਂ ਪਰ ਪਹਿਲਾਂ ਮਾਲ ਚੈੱਕਸ ਆਈ ਥਿੰਕ ਮਾਲ ਸੋ ਡੈਡੀ 225 ਸਟਾਰਟਿੰਗ ਹੈ ਜਾਂ 225 ਹੈਗਾ ਹਾਂਜੀ 225 ਤੋਂ ਸਟਾਰਟਿੰਗ ਹੈ ਹਾਂਜੀ ਹਾਂਜੀ ਇਹ 120 ਤੋਂ ਸਟਾਰਟ ਹੋ ਜਾਂਦਾ ਜੀ 120 ਗ੍ਰੇਟ ਸੋ ਸਰ ਸਾਡੇ ਨਾਲ ਹੈ ਵਿਸ਼ਾਲ ਚੱਡਾ ਜੀ ਵਿਸ਼ਾਲ ਚੱਡਾ ਜੀ ਆਪੇ ਲਗਾ ਰਹਾ ਭਾਈ ਨੇ ਅਸੀਂ ਵੀ ਕਹਿੰਦੇ ਹਾਂ ਵਿਸ਼ਾਲ ਚੱਡਾ ਜੀ ਹੋਰ ਸਰ ਹੈਪੀ ਦਿਵਾਲੀ ਜੀ ਐਡਵਾਂਸ ਜੀ ਓਕੇ ਸਰ ਆਓ ਦੇਖੀਏ ਹੋਰ ਕੀ ਮਿਲਦਾ ਤੁਹਾਨੂੰ ਉਹ ਦਿਖਾਈਏ ਆਨੰਦ ਲਓ ਮਾਰਕੀਟ ਯਾਰ ਬੜਾ ਮਜ਼ਾ ਆ ਰਿਹਾ ਸ਼ੁਭ ਦੀਪਾਵਲੀ ਇਹ ਕਿੰਨੇ ਦਾ ਭਾਜੀ ਗਾਇਸ 20 ਰੁਪਏ ਦਾ 10 ਰੁਪਏ ਵਾਲਾ ਵੀ ਹੈਗਾ 20 ਵਾਲਾ ਵੀ ਹੈਗਾ ਇਹ ਭਾਜੀ ਉੱਥੇ ਨੇ ਇਹ ਹੈ ਗਣੇਸ਼ ਜੀ 60 ਰੁਪਏ ਬਹੁਤ ਹੀ ਪਿਆਰਾ ਆ ਡੈਕੋਰੇਸ਼ਨ ਵਾਸਤੇ ਘਰ ਸਜਾਉਣ ਵਾਸਤੇ ਦੀਵਾਲੀ ਸਪੈਸ਼ਲ ਖਾਣ ਮਸ਼ਹੂਰ ਹੈ ਨਾ ਦਾਲ ਲੁੱਟੀ ਘਰ ਦੀ ਦੀਵਾਲੀ ਉੱਪਰ ਸਰ ਦੀ ਉਹ ਚੀਜ਼ ਤੁਹਾਨੂੰ ਦਿਖਾ ਰਿਹਾ ਹਰ ਚੀਜ਼ ਵਾਸਤੇ ਫੇਮਸ ਅੰਮ੍ਰਿਤਸਰ ਅੱਜ ਕਿਸੇ ਕੋਲ ਗੱਲ ਕਰਨ ਵਾਸਤੇ ਟਾਈਮ ਨਹੀਂ ਹੈ ਰਸ਼ ਬਹੁਤ ਹੈ ਕਸਟਮਰ ਬਹੁਤ ਹੈ ਹਰ ਕੋਈ ਪਰਚੇਸ ਕਰਨ ਵਾਸਤੇ ਘਰੋਂ ਬਾਹਰ ਨਿਕਲਿਆ ਹੋਇਆ ਦੇਖਦੇ ਹਾਂ ਕੋਈ ਸਾਨੂੰ ਮਿਲਦਾ ਤਾਂ ਗੱਲ ਕਰਦੇ ਹਾਂ ਪਾਪਾ ਜੀ ਕਿਵੇਂ ਚੱਲ ਰਿਹਾ ਕਸਟਮਰ ਕਿੱਦਾਂ ਕਸਟਮਰ ਸਵੇਰੇ ਆਉਂਦਾ ਸ਼ਾਮ ਦਾ ਵੀ ਆਉਂਦਾ ਸ਼ਾਮੀ ਜ਼ਿਆਦਾ ਹੁੰਦਾ ਕਿਆ ਬਾਤ ਆਪਣਾ ਕਿਵੇਂ ਚੱਲ ਰਿਹਾ ਗੱਲ ਤਾਂ ਆਪਾਂ ਲੇਟ ਆਏ ਆ ਕਿੰਨੇ ਤੋਂ ਸਟਾਰਟ ਹੁੰਦਾ ਦੁਕਾਨ ਇੱਥੇ ਹੁੰਦਾ ਕਿ ਦੁਕਾਨ ਹੈਗੀ ਹੈ ਅੱਛਾ ਤੁਹਾਡੀ ਦੁਕਾਨ ਵੀ ਹੈਗੀ ਹੈ ਸੋ ਗਾਇਸ ਲਗੇਜ ਤੁਹਾਨੂੰ ਕੋਈ ਵੀ ਚਾਹੀਦਾ ਕਿਸੇ ਵੀ ਤਰ੍ਹਾਂ ਦਾ ਹਰ ਚੀਜ਼ ਅਵੇਲੇਬਲ ਹੈ ਬ੍ਰਾਂਡਡ ਹੈ ਤੁਹਾਡਾ ਨਾਮ ਗਾਣੀ ਨਾਲ ਆਪਾਂ ਆਫਟਰ ਦੀਵਾਲੀ ਵੀ ਆਵਾਂਗੇ ਫੇਰ ਸ਼ੂਟ ਕਰਾਂਗੇ ਪ੍ਰੋਪਰ ਆਪਾਂ ਓਕੇ ਜੀ ਥੈਂਕਸ ਫੰਕਸ਼ਨ ਹੋਵੇ ਖਾਣ ਪੀਣ ਦਾ ਸਮਾਨ ਹੋਵੇ ਇਹ ਤਾਂ ਕਦੇ ਹੋ ਨਹੀਂ ਸਕਦਾ ਹੁਣ ਤੁਹਾਨੂੰ ਦਿਖਾਉਂਦੇ ਹਾਂ ਖਾਣ ਪੀਣ ਦਾ ਸਮਾਨ ਦੇਖੋ
ਗਾਇਜ਼ ਵੈਲਕਮ ਬੈਕ ਟੂ ਅਵਰ ਚੈਨਲ ਬਿਜ਼ਨਸ ਪਰਫੈਕਟ। ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆਈਡੀ ਚ ਮਾਰਕੀਟ ਦੀਵਾਲੀ ਸਪੈਸ਼ਲ ਵਲੋਗ। ਮਾਰਕੀਟ ਬਹੁਤ ਸਜੀ ਹੋਈ ਹੈ, ਫਟਾਫਟ ਆ ਜਾਓ, ਤੁਹਾਨੂੰ ਦਿਖਾਈਏ, ਤੁਸੀਂ ਵੀ ਆਪਣੇ ਘਰ ਨੂੰ ਸਜਾਓ, ਦੀਵਾਲੀ ਮਨਾਓ। ਆਓ ਚਲੀਏ, ਆ ਜਾਓ ਫਟਾਫਟ, ਤੁਹਾਨੂੰ ਦਿਖਾਈਏ ਮਾਰਕੀਟ ਕਿਆ ਬਾਤ। ਦੇਖੋ ਯਾਰ ਮਜ਼ਾ ਆਉਂਦਾ ਦੇਖ ਕੇ ਮਾਰਕੀਟ ਨੂੰ, ਲੋਕ ਇੰਜੋਏ ਕਰ ਰਹੇ ਨੇ, ਤੁਸੀਂ ਵੀ ਇੰਜੋਏ ਕਰ ਦਿਓ, ਕਮੈਂਟ ਕਰਕੇ ਦੱਸਿਓ ਜੀ। ਸੋ ਗਾਇਸ, ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਮਠਿਆਈ। ਇੱਥੇ ਮਾਰਕੀਟ ਆਈਡੀਆ 'ਚ ਮਾਰਕੀਟ 'ਚ ਦੀਵਾਲੀ ਸਪੈਸ਼ਲ ਮਠਿਆਈ ਮਿਲ ਰਹੀ ਹੈ। ਥਾਂ ਥਾਂ 'ਤੇ ਡੈਕੋਰੇਸ਼ਨ ਦਾ ਸਮਾਨ ਲੱਗਿਆ ਹੋਇਆ, ਰਸ਼ ਬਹੁਤ ਹੈ। ਅਸੀਂ ਕਿਸੇ ਵੀ ਦੁਕਾਨ ਵਾਲੇ ਨਾਲ ਗੱਲ ਨਹੀਂ ਕਰ ਪਾ ਰਹੇ ਕਿਉਂਕਿ ਰਸ਼ ਬਹੁਤ ਹੈ। ਆਈ ਥਿੰਕ ਤੁਸੀਂ ਵੀ ਇੱਥੇ ਆਏ ਹੋਵੋਗੇ, ਸਮਾਨ ਪਰਚੇਸ ਕੀਤਾ ਹੋਏਗਾ ਜਾਂ ਆ ਰਹੇ ਹੋਵੋਗੇ, ਤਾਂ ਮਾਰਕੀਟ 'ਚ ਬਹੁਤ ਹੀ ਵਧੀਆ, ਬਹੁਤ ਸਜੀ ਹੋਈ ਮਾਰਕੀਟ। ਤੁਸੀਂ ਵੀ ਆਓ, ਸਮਾਨ ਪਰਚੇਸ ਕਰੋ ਅਤੇ ਘਰ ਨੂੰ ਰੁਸ਼ ਲਾਓ ਅਤੇ ਖੁਸ਼ੀਆਂ ਮਨਾਓ। ਕਿੰਨਾ ਰਸ਼ ਹੈ ਮਾਰਕੀਟ 'ਚ, ਇਸ ਦੁਕਾਨ ਤੇ ਰਸ਼ ਜ਼ਿਆਦਾ ਕਿਉਂ ਆ? ਆਓ ਦੇਖਦੇ ਹਾਂ, ਚੱਲਦੇ ਹਾਂ, ਲੱਗ ਰਿਹਾ ਵੀ ਸਸਤਾ ਮਾਰਕੀਟ, ਦੁਕਾਨਾਂ ਤਾਂ ਬਹੁਤ ਹੈ। ਆਓ ਚੱਲਦੇ ਹਾਂ, ਦੇਖਦੇ ਹਾਂ ਕੀ ਹੈਗਾ, ਕਿਸ ਤਰ੍ਹਾਂ ਹੈਗਾ। ਟੈਡੀ ਵੀ ਹੈਗੇ ਆ, ਸਭ ਕੁਛ ਹੈਗਾ। ਇਸ ਦੁਕਾਨ ਤੇ ਰਸ਼ ਜ਼ਿਆਦਾ, ਆਈ ਥਿੰਕ ਸਸਤਾ ਮਿਲਦਾ ਤਾਂ ਹੀ ਰਸ਼ ਜ਼ਿਆਦਾ ਇੱਥੇ। ਗਾਇਜ਼, ਜਿਵੇਂ ਕਿ ਤੁਸੀਂ ਦੇਖ ਹੀ ਪਾ ਰਹੇ ਹੋ, ਮਾਰਕੀਟ ਬਹੁਤ ਵਧੀਆ ਸਜੀ ਹੋਈ ਹੈ। ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਦੀਵਾਲੀ ਬਹੁਤ ਧੂਮਧਾਮ ਨਾਲ ਮਨਾ ਰਹੇ ਹੋਵੋਗੇ। ਤੁਸੀਂ ਆਪਣੇ ਘਰ ਨੂੰ ਕਿਵੇਂ ਡੈਕੋਰੇਟ ਕੀਤਾ ਹੈ, ਦੀਵਾਲੀ ਕਿੱਦਾਂ ਮਨਾ ਰਹੇ ਹੋ, ਕੀ ਕੋਈ ਸੋਚਿਆ ਦੀਵਾਲੀ ਕਿੱਦਾਂ ਸੈਲੀਬ੍ਰੇਟ ਕਰਨੀ ਹੈ, ਕਿਤੇ ਜਾ ਰਹੇ ਹੋ, ਕਿਤੇ ਆ ਰਹੇ ਹੋ, ਕਿਸ ਤਰ੍ਹਾਂ? ਆਪਣੀ ਵੀਡੀਓ, ਤੁਸੀਂ ਸਾਡੀ ਵੀਡੀਓ ਜਿਹੜੀ ਆ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ, ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਦੀਵਾਲੀ ਕਿਸ ਤਰ੍ਹਾਂ ਸੈਲੀਬ੍ਰੇਟ ਕੀਤੀ ਜਾਂਦੀ ਹੈ। ਅੰਮ੍ਰਿਤਸਰ 'ਚ ਤਾਂ ਬਹੁਤ ਹੀ ਸਪੈਸ਼ਲਿਟੀ ਹੈ, ਦੀਵਾਲੀ ਅੰਮ੍ਰਿਤਸਰ ਦੀ, ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ, ਸਪੈਸ਼ਲ ਦੀਵਾਲੀ ਅੰਮ੍ਰਿਤਸਰ ਦੀ, ਲੋਕ ਬਾਹਰੋਂ ਵੀ ਇੱਥੇ ਆਉਂਦੇ ਦੀਵਾਲੀ ਦੇਖਣ। ਹੁਣ ਤੁਸੀਂ ਦੱਸੋ, ਤੁਸੀਂ ਕਿਸ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ? ਅਸੀਂ ਅੰਮ੍ਰਿਤਸਰ ਤੋਂ ਹਾਂ, ਤੁਸੀਂ ਕਿਹੜੇ ਸ਼ਹਿਰ ਤੋਂ ਹੋ? ਦੀਵਾਲੀ ਤੁਹਾਡੇ ਸ਼ਹਿਰ 'ਚ, ਤੁਹਾਡੇ ਘਰ 'ਚ ਕਿਸ ਤਰ੍ਹਾਂ ਮਨਾਈ ਜਾ ਰਹੀ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ, ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਅਤੇ ਬਾਕੀਆਂ ਨੂੰ ਪਤਾ ਲੱਗ ਸਕੇ ਦੀਵਾਲੀ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ। ਠੀਕ ਹੈ ਗਾਇਸ, ਲੋਕਾਂ 'ਚ ਐਕਸਾਈਟਮੈਂਟ ਬਹੁਤ ਜ਼ਿਆਦਾ ਹੈਗੀ ਹੈ ਦੀਵਾਲੀ ਨੂੰ ਸੈਲੀਬ੍ਰੇਟ ਕਰਨ ਦੀ। ਆਪਣੇ ਘਰ ਨੂੰ ਕਹਿੰਦੇ ਵੱਧ ਤੋਂ ਵੱਧ ਸਜਾਈਏ ਤਾਂ ਕਿ ਲਕਸ਼ਮੀ ਮਾਤਾ ਸਾਡੇ 'ਤੇ ਕਿਰਪਾ ਕਰੇ। ਅਤੇ ਤੁਸੀਂ ਵੀ ਦੱਸੋ, ਤੁਸੀਂ ਕਿਸ ਤਰ੍ਹਾਂ ਦੀਵਾਲੀ ਸੈਲੀਬ੍ਰੇਟ ਕਰ ਰਹੇ ਹੋ? ਪੂਜਾ ਕਰਦੇ ਹੋ, ਘਰ ਦੀ ਡੈਕੋਰੇਸ਼ਨ ਕਰਦੇ ਹੋ, ਲਾਈਟਿੰਗ ਲਗਾਉਂਦੇ ਹੋ, ਕੀ ਕਰਦੇ ਹੋ? ਆਮ ਤੌਰ 'ਤੇ ਕੀ ਹੁੰਦਾ, ਲੋਕ ਦੂਰੋਂ ਦੂਰੋਂ ਅੰਮ੍ਰਿਤਸਰ 'ਚ ਆਉਂਦੇ ਨੇ ਦੀਵਾਲੀ ਸੈਲੀਬ੍ਰੇਟ ਕਰਨ ਵਾਸਤੇ। ਅੰਮ੍ਰਿਤਸਰ ਮਸ਼ਹੂਰ ਹੈ ਦੀਵਾਲੀ ਵਾਸਤੇ। ਇਹ ਜੋ ਮਾਰਕੀਟ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਸਾਰੀ ਆਈ ਡੀ 'ਚ ਮਾਰਕੀਟ ਹੈਗੀ ਹੈ। ਬੱਸ ਸਟੈਂਡ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਹੈ, ਬਿਲਕੁਲ ਨਾਲ ਹੈ। ਇੱਥੇ ਹਰਾ ਸਮਾਨ ਮਿਲਦਾ। ਆਮ ਤੌਰ 'ਤੇ ਇਹ ਮਾਰਕੀਟ ਕੋਸਮੈਟਿਕਸ ਵਾਸਤੇ ਫੇਮਸ ਹੈਗੀ ਹੈ, ਟੋਇਜ਼ ਵਾਸਤੇ ਫੇਮਸ ਹੈਗੀ ਹੈ, ਬਟ ਦੀਵਾਲੀ 'ਤੇ ਦੀਵਾਲੀ ਦਾ ਹੀ ਸਾਰਾ ਸਮਾਨ ਜਿਹੜਾ ਤੁਸੀਂ ਦੇਖ ਪਾ ਰਹੇ ਹੋ, ਡੈਕੋਰੇਸ਼ਨ ਹੈਗੀ ਹੈ, ਮੋਮਬੱਤੀਆਂ ਨੇ, ਹੋਰ ਹਰ ਚੀਜ਼ ਸਵੀਟਸ ਹੈਗੀਆਂ, ਬੱਚਿਆਂ ਦੇ ਟੋਇਜ਼ ਹੈਗੀਆਂ, ਦੀਵਾਲੀ ਸਪੈਸ਼ਲ ਟੇਬਲ ਮਿਲਣਗੇ, ਕੱਪੜੇ ਮਿਲਣਗੇ, ਮਤਲਬ ਇਜ਼ ਇਕਵਲ ਟੂ ਏ ਟੂ ਜ਼ੈਡ ਆਈਟਮ ਸਾਰੀ ਇੱਥੇ ਦੀਵਾਲੀ ਸਪੈਸ਼ਲ ਵਲੋਗ ਆਈਟੀ ਮਾਰਕੀਟ ਦਾ ਮਿਲਦਾ ਹੈ। ਖਾਸ ਕਰਕੇ ਜਿਹੜੀ ਮਾਰਕੀਟ ਹੈ ਇਹਦੇ ਵਿੱਚ ਹੋਰ ਵੀ ਤੁਹਾਨੂੰ ਵੈਰਾਈਟੀਆਂ ਮਿਲਣਗੀਆਂ ਗਾਇਸ, 3300 ਰੁਪਏ ਦੇ ਰੇਂਜ 'ਚ। ਗਾਇਸ, ਜਿਵੇਂ ਕਿ ਤੁਸੀਂ ਦੇਖ ਹੀ ਪਾ ਰਹੇ ਹੋ, ਮਾਰਕੀਟ 'ਚ ਮੂਰਤੀਆਂ ਮਿਲਦੀਆਂ, ਬਹੁਤ ਹੀ ਸੋਹਣੇ ਸੋਹਣੇ ਰੰਗ ਬਿਰੰਗੇ ਕੈਲੰਡਰ ਮਿਲਦੇ ਆ, ਡੈਕੋਰੇਸ਼ਨ ਦਾ ਸਮਾਨ ਮਿਲਦਾ, ਹੋਰ ਵੀ ਬਹੁਤ ਵਧੀਆ ਸਮਾਨ ਮਿਲਦਾ। ਲੋਕ ਸ਼ੋਪਿੰਗ ਕਰਨ ਵਾਸਤੇ ਦੂਰ ਦੂਰ ਤੋਂ ਅੰਮ੍ਰਿਤਸਰ 'ਚ ਆਉਂਦੇ ਨੇ, ਅੰਮ੍ਰਿਤਸਰ ਦੀਵਾਲੀ ਸ਼ੋਪਿੰਗ ਆਈਡੀ 'ਚ ਮਾਰਕੀਟ ਵਿੱਚ। ਅੰਮ੍ਰਿਤਸਰ ਵਿੱਚ ਬਹੁਤ ਸਾਰੇ ਮਾਰਕੀਟਸ ਤੋਂ ਸ਼ੋਪਿੰਗ ਕੀਤੀ ਜਾਂਦੀ। ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟੈਡੀ ਮਾਰਕੀਟ, ਟੈਡੀ ਮਿਲਦੇ ਆ, ਨਿੱਕੇ ਨਿੱਕੇ ਬੱਚੇ ਆਉਂਦੇ ਆ ਜਾਂ ਵੱਡੇ ਆਉਂਦੇ, ਜਿਨ੍ਹਾਂ ਨੂੰ ਟੈਡੀ ਪਸੰਦ ਹੈ ਉਹਨਾਂ ਨੂੰ ਟੈਡੀ ਮਿਲਦੇ ਆ ਇੱਥੇ, ਅਤੇ ਟੈਡੀ ਵੀ ਮਹਿੰਗੇ ਨਹੀਂ ਹੈ ਮਾਰਕੀਟ, ਉਹਨਾਂ ਨੂੰ ਬਹੁਤ ਹੀ ਸਸਤੇ ਰੇਂਜ ਹੈ, ਕਲਰਫੁੱਲ ਹੈ, ਵੱਖੋ ਵੱਖਰੀ ਵਰਾਇਟੀ ਮਿਲਦੀ ਤੁਹਾਨੂੰ ਉੱਥੇ, ਹਰ ਚੀਜ਼ ਤੁਹਾਨੂੰ ਮਿਲ ਪਾ ਰਹੀ ਹੈ ਇੱਥੇ। ਸੋ ਤੁਸੀਂ ਵੀ ਮਾਰਕੀਟ 'ਚ ਆਓ, ਸਾਨੂੰ ਇੱਕ ਵਾਰ ਫਿਰ ਦੱਸੋ, ਅਸੀਂ ਤੁਹਾਨੂੰ ਇੱਕ ਵਾਰ ਫਿਰ ਕਹਿ ਰਹੇ ਹਾਂ, ਤੁਸੀਂ ਦੀਵਾਲੀ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੇ। ਆਹ ਦੇਖੋ ਨਿੱਕੇ ਨਿੱਕੇ ਟੈਡੀ ਹੈਗੇ ਨੇ, ਇਹ ਟੈਡੀ 50 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਯਾਰ, ਜਿਹੜੇ ਕਿ ਮਾਰਕੀਟ 150-200 ਮਿਲਦੇ ਨੇ। ਅਗਰ ਤੁਸੀਂ ਦੀਵਾਲੀ 'ਤੇ ਪਰਚੇਸਿੰਗ ਕਰ ਰਹੇ ਹੋ, ਕੋਈ ਘਰ ਤੋਂ ਕੰਮ ਸ਼ੁਰੂ ਕਰ ਰਹੇ ਹੋ, ਤਾਂ ਤੁਸੀਂ ਇੱਥੇ ਮਾਰਕੀਟ 'ਤੇ ਆਓ ਅਤੇ ਆ ਕੇ ਪਰਚੇਸਿੰਗ ਕਰ ਸਕਦੇ ਹੋ। ਤੁਹਾਨੂੰ ਵਧੀਆ ਰੇਟ ਦੇ ਉੱਪਰ ਸਮਾਨ ਅਤੇ ਬਹੁਤ ਸਾਰੀ ਵਰਾਇਟੀ ਦੇਖਣ ਨੂੰ, ਖਰੀਦਣ ਨੂੰ ਮਿਲੇਗੀ। ਸੋ ਗਾਇਜ਼, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਨੈਕਸਟ ਵੀਡੀਓ ਕਿਸ ਤਰ੍ਹਾਂ ਦੀ ਚਾਹੀਦੀ ਹੈ, ਕਿਉਂਕਿ ਦੀਵਾਲੀ ਦੀ ਵੀਡੀਓਜ਼ ਅਸੀਂ ਅੱਜ ਖਤਮ ਕਰ ਰਹੇ ਹਾਂ। ਹੁਣ ਨੈਕਸਟ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਹੈ, ਕੀ ਚਾਹੀਦਾ ਹੈ, ਕੱਪੜਿਆਂ ਦੀ ਵੀਡੀਓ ਚਾਹੀਦੀ ਹੈ, ਸਾਡਾ ਮੇਨ ਚੈਨਲ ਹੈ ਕੱਪੜਿਆਂ ਦੇ ਉੱਤੇ, ਸੋ ਦੱਸੋ ਜ਼ਰੂਰ ਸਾਨੂੰ। ਅਸੀਂ ਇਹ ਵੀਡੀਓ ਖਾਸ ਕਰਕੇ ਦੀਵਾਲੀ ਦੇ ਉੱਪਰ ਹੀ ਸ਼ੂਟ ਕਰ ਰਹੇ ਹਾਂ, ਅਤੇ ਸਾਡੀ ਵੀਡੀਓ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ, ਅਗਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। 80 ਰੁਪਏ ਸੌ ਗਾਇਸ, 80 ਰੁਪਏ ਦੇ ਰੇਂਜ 'ਚ ਆ ਦੇਖੋ।
ਬਹੁਤ ਵਧੀਆ ਕੁਝ ਤੋਂ ਤੇ ਆਰਟੀਕਲ ਹੈਗਾ ਕਿੰਨੇ ਪੈਸੇ ਇਹ 100 ਰੁਪਏ ਦੀ ਰੇਂਜ ਵਿੱਚ ਸਾਈਜ਼ ਦਾ ਡਿਫਰੈਂਸ ਗਾਇਸ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੇਡੀਜ਼ ਪਰਸ ਬਹੁਤ ਹੀ ਵਧੀਆ ਸ਼ਾਨਦਾਰ ਪਰਸ ਨੇ ਇਹ ਸੇਲ ਲੱਗੀ ਦਿਵਾਲੀ ਤੇ 200 ਦਾ ਇੱਕ ਤੇ 500 ਦੇ ਤਿੰਨ ਜੇ ਤਿੰਨ ਲਓਗੇ ਤਾਂ 100 ਬਚੂਗਾ ਹਰ ਕੋਈ ਕਹਿੰਦਾ ਸਸਤਾ ਮਿਲ ਜੇ ਵਧੀਆ ਮਿਲ ਜੇ ਤਾਂ ਆ ਜਾਓ ਫਿਰ ਦਿਵਾਲੀ ਧਮਾਕਾ ਤੁਹਾਡਾ ਤੇ ਸਪੈਸ਼ਲ ਪਰਸ ਲੇਡੀਜ਼ ਪਰਸ ਜੋ ਕਿ ਬਹੁਤ ਵਧੀਆ ਮਾਰਕੀਟ ਹੁਣ ਸਸਤੇ ਘੈਂਟ ਵਧੀਆ ਮਿਲਦੇ ਨੇ ਯਾਰ ਆ ਜਾਓ ਸ਼ੋਪਿੰਗ ਕਰ ਲਓ ਫਟਾਫਟ ਦਿਵਾਲੀ ਦਾ ਕਿ ਆਈਡੀ 'ਚ ਮਾਰਕੀਟ ਬੰਪਰ ਸੇਲ ਧਮਾਕਾ ਸੇਲ ਲੱਗੀ ਹੋਈ ਹੈ 200 ਦਾ ਇੱਕ ਪਰਸ ਦੇ ਰਹੇ ਨੇ ਤੇ 500 ਦਾ ਤਿੰਨ ਦੇ ਰਹੇ ਨੇ ਤੁਹਾਨੂੰ ਕਿਤੇ ਨਹੀਂ ਮਿਲਣਾ ਵੈਡਿੰਗ ਪਰਸ ਨੇ ਲੇਡੀਜ਼ ਦੀ ਫੇਵਰੇਟ ਲੇਡੀਜ਼ ਕਹਿੰਦੇ ਹਾਂ ਅਸੀਂ ਸੂਟ ਨਾਲ ਮੈਚਿੰਗ ਪਰਸ ਲਈਏ ਤੇ ਆ ਜਾਓ ਤੁਹਾਡੇ ਵਾਸਤੇ ਸਪੈਸ਼ਲ ਆਫਰ ਹੈਗੀ ਜੀ ਇਹ ਆਫਰ ਨੂੰ ਮਿਸ ਨਾ ਕਰਿਓ ਬੜੀ ਘੈਂਟ ਆਫਰ ਹੈਗੀ ਜੇ ਭਾਈ ਕਿਸ ਰੇਂਜ ਹੈਗਾ ਦਿਵਾਲੀ ਸੇਲ ਕਿਆ ਬਾਤ ਅੱਛਾ ਕਸਟਮਰ ਸਵੇਰੇ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਸ਼ਾਮ ਨੂੰ ਜ਼ਿਆਦਾ ਹੁੰਦਾ ਸ਼ਾਮ ਨੂੰ ਜ਼ਿਆਦਾ ਕਸਟਮਰ ਹੋਇਆ ਕਿਵੇਂ ਚੱਲ ਰਿਹਾ ਹੈਪੀ ਦਿਵਾਲੀ ਜੀ ਐਡਵਾਂਸ ਓਕੇ ਜੀ ਕਿਸ ਰੇਂਜ ਕੈਪ ਦਾ ਰੇਟ ਦਾ ਲਾ ਦੋ 100 ਦਾ 100 ਦਾ ਦਿਵਾਲੀ ਵਾਸਤੇ ਆ ਜਾਂ ਵੈਸੇ ਵੀ ਦਿਵਾਲੀ ਵਾਸਤੇ ਸਭ ਲੱਗਦਾ ਸਭ ਤਾਂ ਲੋ ਗਿਆ ਦਿਵਾਲੀ ਦੇ ਕੀ ਆ ਗ੍ਰੇਟ ਇੱਕ ਹਫਤਾ ਪੂਰਾ ਲੱਗਦਾ ਫਲਾਵਰ ਸੇਮ ਹੈਗਾ ਜੇ ਕਿੱਥੇ ਗੋਲਡਨ ਵਾਲੇ ਸੇਮ ਦੇਖੋ ਗਾਇਸ ਬਹੁਤ ਹੀ ਵਧੀਆ ਵਧੀਆ ਫਲਾਵਰ ਫਲਾਵਰ ਪੋਟਸ ਸੋ ਗਾਇਸ ਫਾਈਨਲੀ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕੇ ਹਾਂ ਅਸੀਂ ਹੁਣ ਵਾਪਸ ਚੱਲਦੇ ਹਾਂ ਤਾਂ ਅਸੀਂ ਪੂਰੀ ਮਾਰਕੀਟ ਦਿਖਾ ਚੁੱਕੇ ਹਾਂ ਪੂਰੀ ਮਾਰਕੀਟ ਆਈਡੀਆ ਹੋਲਸੇਲ ਮਾਰਕੀਟ ਅੰਮ੍ਰਿਤਸਰ ਦੀ ਮਾਰਕੀਟ ਜਿਵੇਂ ਕਿ ਤੁਸੀਂ ਦੇਖ ਹੀ ਪਾ ਰਹੇ ਹੋ ਮੇਰੇ ਪਿੱਛੇ ਇਹ ਸਾਰੀ ਹੋਲਸੇਲ ਮਾਰਕੀਟ ਤੁਹਾਨੂੰ ਦਿਖਾਤੀ ਹੈ ਹੁਣ ਅਸੀਂ ਇੱਥੇ ਹੀ ਵੀਡੀਓ ਦਾ ਐਂਡ ਕਰ ਰਹੇ ਹਾਂ ਜੀ ਓਕੇ ਗਾਇਸ